ਮਾਰਚ ਨੂੰ ਸਿੱਧਾ ਹੀ ਨਹੀਂ ਹਾਂ ਉਹ ਟ੍ਰੇਨ ਲੈ ਕੇ ਆਇਆ ਸੀ ਮੈਂ ਹਾਲੈਂਡ ਫਲਾਈਟ ਸੀ ਮੇਰੀ ਜਿਸ ਦਿਨ ਅਰਾਈਵਲ ਸੀ ਮੇਰਾ ਉਸ ਦਿਨ ਯਾਨੀ ਨਾ ਮੈਂ ਬਾਈ ਦੇ ਆਫਿਸ ਗਿਆ ਨਾ ਤੇ ਉਹਦੇ ਬੌਸ ਨੇ ਮੈਨੂੰ ਵੇਖ ਕੇ ਕਿਹਾ ਕਿ ਸੁਬਹ ਕੰਮ ਤੇ ਆ ਜਾ ਤੇ ਮੈਂ ਉਹਨੂੰ ਕਿਹਾ ਮੈਂ ਚੱਲੇ ਘੁੰਮਾ ਫਿਰਾਂਗਾ ਫਿਰ ਆਵਾਂਗਾ ਦੋ ਮਹੀਨੇ ਆਰਾਮ ਸਕੂਨ ਨਾਲ ਜਿਹੜਾ ਨਾ ਘੁੰਮ ਫਿਰ ਕੇ ਮੈਂ ਪੂਰਾ ਜਿਹੜਾ ਨਾ ਪੈਰਸ ਜਿਹੜਾ ਸਾਰਾ ਘੁੰਮਿਆ ਇੱਥੋਂ ਇਹਨਾਂ ਦੀ ਨਾ ਹਿਸਟਰੀ ਹੈ ਮਰਸਾਈ ਸ਼ਤੂ ਤੋਂ ਮਰਸਾਈ ਨਾਲ ਕਹਿੰਦੇ ਨੇ ਮਹਿਲ ਜਿਹੜੇ ਨਾ ਮਰਸਾਈ ਦੇ ਸਾਰੇ ਮਹਿਲ ਜਿਹੜਾ ਇੱਥੋਂ ਦੀ ਹਿਸਟਰੀ ਹੈ ਨਾ ਯਾਨੀ ਇੱਕ ਬਾਦਸ਼ਾਹ ਸੀ ਉਹਨੇ ਦੋ ਮਹਿਲ ਬਣਾਏ ਸੀ ਔਰ ਆਹਮਣੇ ਸਾਹਮਣੇ ਬਣਾਏ ਸੀ ਔਰ ਉਹ ਬਕਾਇਦਾ ਬਾਅਦ 'ਚੋਂ ਇਹਨਾਂ ਦੇ ਇਤਨੇ ਬੁਰੇ ਹਾਲਾਤ ਹੋ ਗਏ ਕਿ ਖਾਣ ਨੂੰ ਰੋਟੀ ਨਹੀਂ ਲੱਭ ਸੀ ਕਿਉਂਕਿ ਉਹਨਾਂ ਬਹੁਤ ਜ਼ਿਆਦਾ ਡਿਵੈਲਪਮੈਂਟ ਉਹਨਾਂ ਨੇ ਕਰ ਦਿੱਤੀ ਸੀ ਉਹਨਾਂ ਮਹਿਲ ਦਿੱਤੇ ਅਤੇ ਉਹ ਬੜਾ ਹੀ ਉਹਨਾਂ ਦੇ ਖੂਬਸੂਰਤ ਉਹਨਾਂ ਉਸੇ ਤਰ੍ਹਾਂ ਉਹਨੂੰ ਸੇਵ ਕਰਕੇ ਰੱਖਿਆ ਉਹ 20 ਰੁਪਏ ਟਿਕਟ ਸ਼ਾਇਦ ਉਹਨਾਂ ਲਾਈ ਹੈ ਛੋਟੇ ਕਿਲੇ ਯਾਨੀ ਬਕਾਇਦਾ ਅੰਦਰ ਮਹਿਲ ਬਣੇ ਨੇ ਫਿਰ ਝੀਲ ਏ ਫਿਰ ਉਹਨਾਂ ਦੇ ਛੋਟੇ ਛੋਟੇ ਪਾਰਕ ਬਣੇ ਨੇ ਜਿਹੜੇ ਉਹਨਾਂ ਦੇ ਬੱਚੇ ਜਿੱਥੇ ਖੇਡਦੇ ਸੀ ਉਹ ਜਗ੍ਹਾ ਵੱਖਰੀਆਂ ਬੜਾ ਉਹਨਾਂ ਖੂਬਸੂਰਤ